Hello Sashrikal, welcome back to the channel. I hope you guys are all fine. So here I present another fitness vlog. As you all know, ki pichle vlog ch assi dikhaya si jo ki mere knee injury a te teji de vi pair te injury hoyi si. But it will take time. Time laguga, I think 1.5 to 2 months laguge approx theek hon ch. But gym ta nahi chhadya ja sakda. Hun gym ja rahe ha te ajj da workout hega legs te te ਸਿਰਫ ਉਹ ਵਾਲੀ ਐਕਸਰਸਾਈਜ਼ ਲਾਵਾਂਗੇ ਜਿਹਦੇ ਨਾਲ ਉਸ ਇੰਜਰੀ 'ਤੇ ਸਪਰੇਨ ਨਾ ਆਵੇ ਮਤਲਬ ਇਫ ਯੂ ਆਰ ਆਲਸੋ ਹੈਵਿੰਗ ਫੇਸਿੰਗ ਐਨੀ ਨੀ ਇੰਜਰੀ ਜਾਂ ਮਤਲਬ ਲੈਗ ਦੇ ਵਿੱਚ ਕੋਈ ਇੰਜਰੀ ਆ ਤਾਂ ਟਰਾਈ ਕਰਿਓ ਇਹ ਵਾਲਾ ਵਰਕਆਊਟ ਲਗਾਉਣ ਦੇ ਬਾਕੀ ਆਪਣੇ ਟ੍ਰੇਨਰ ਜਾਂ ਡਾਕਟਰ ਤੋਂ ਜ਼ਰੂਰ ਸਲਾਹ ਲੈ ਲਿਓ ਚਲੋ ਟਾਈਮ ਨਾ ਵੇਸਟ ਕਰਦੇ ਹੋਏ ਚੱਲਦੇ ਸਿੱਧਾ ਜਿਮ ਆਉਂਦੇ ਆਉਂਦੇ ਪਤਾ ਨਹੀਂ ਕੀ ਪੈ ਗਿਆ ਬਟ ਬਹੁਤ ਹੀ ਬੁਰੀ ਤਰ੍ਹਾਂ ਜਲਨ ਹੋ ਰਹੀ ਅੱਖ 'ਚ ਹੁਣ ਦਵਾਈ ਮੰਗਵਾਈ ਆ ਲੈਟਸ ਸੀ ਇੰਜੈਕਸ਼ਨ ਦੇ ਦਿਓ ਸਿਰੜ ਦਾ ਸਿਰੜ ਆ ਨਹੀਂ ਆਖਰੀਆਂ ਦਵਾਈਆਂ ਖਾਂਦੇ ਲੱਭੀ ਨਹੀਂ ਸਾਰੇ ਟੈਂਡ ਚ ਇਹੋ ਚੀਜ਼ ਹੈ ਇਹ ਵੀ ਨਹੀਂ ਹੋਏਗੀ ਪਹਿਲਾਂ ਮੈਂ ਇੱਕ ਸਨੈਪਚੈਟ ਪਾਈ ਸੀ ਕਿ ਲੈਗ ਪ੍ਰੈਸ ਦਾ ਕਿਸੇ ਨੇ 2.5 ਕਿਲੋ ਰੇਟ ਪਾਈ ਜੋ ਬੰਦਾ ਲੱਭ ਗਿਆ ਇਸ ਮਸ਼ੀਨ ਦੀ ਆਪਣੀ ਰੈਜ਼ਿਸਟੈਂਸ ਹੈਗੀ ਆ 75 ਕਿਲੋ ਆਹ ਬੰਦਾ ਸੀ ਉਹ ਜਿਹਨੇ 2.5 ਜੀ ਇਹਦਾ ਨਾਮ ਹੈਗਾ ਜੱਦੀ ਸਰਦਾਰ ਲੈਗਸ ਦੀ ਅੱਜ ਵਾਸਤੇ ਕਾਫੀ ਹੈ ਹੁਣ ਅਸੀਂ ਕਰਨ ਲੱਗੇ ਕਾਰਡੀਓ ਕਾਰਡੀਓ ਦੇ ਵਿੱਚ ਜਿਹੜੀ ਹੁਣ ਕਰਨ ਲੱਗੇ ਸਭ ਤੋਂ ਇਫੈਕਟਿਵ ਅਤੇ ਬੈਸਟ ਐਕਸਰਸਾਈਜ਼ ਆ ਜੇ ਕਿਸੇ ਨੇ ਸਟਮਕ ਫੈਟ ਘਟਾਉਣੀ ਆ ਜਾਂ ਕੋਈ ਵੀ ਬੋਡੀ ਫੈਟ ਘਟਾਉਣੀ ਆ ਆਹ ਵਰਕਆਊਟ ਜ਼ਰੂਰ ਕਰਿਓ
ਦੇਖੋ ਇਟ ਵਿਦ ਟੁਡੇਜ਼ ਵਲੌਗ ਆਈ ਹੋਪ ਸਾਰਿਆਂ ਨੂੰ ਵਧੀਆ ਲੱਗਾ ਹੋਊਗਾ ਬਾਕੀ ਧਿਆਨ ਰੱਖੋ ਜਿਹਨਾਂ ਦੇ ਹੱਡੇ ਗੋਡੇ ਟੁੱਟੇ ਆ ਸਾਡੇ ਮੰਗਾ ਨਾ ਕਰਿਓ ਅਸੀਂ ਕਦੀ ਕਦੀ ਹੂੜ ਮੱਤ ਵੀ ਕਰੀ ਦੀ ਆ ਬਟ ਠੀਕ ਆ ਰਿਕਵਰੀ ਚੱਲਦੀ ਪਈ ਹਾਲੇ ਜਲਦੀ ਲੈ ਕੇ ਤਾਂ ਵਧੀਆ ਬਣਾ ਲਾ ਵਲੌਗ ਆਵਾਂਗੇ ਆਈ ਹੋਪ ਨੈਕਸਟ ਵੀਕ ਟਿਲ ਦੈਨ ਟੇਕ ਕੇਅਰ ਬਾਏ 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 ਗੁੱਡ ਨਾਈਟ ਬਾਏ